ਪਵਿੱਤਰ ਸਿੰਘ ਗਰਿਆ ਜਿੰਦਾਬਾਦ। ਮਾਂ ਪਵਿੱਤਰ ਸਿੰਘ ਗਰਿਆ ਜਿੰਦਾਬਾਦ। ਸਤਿ ਸ਼੍ਰੀ ਅਕਾਲ ਦੋਸਤੋ, ਕਰੰਟ ਰਿਪੋਰਟ ਚੈਨਲ ਅੱਜ ਮੌਜੂਦ ਹੈ ਪਿੰਡ ਮੁੰਡੀਆਂ ਦੇ ਵਿੱਚ, ਜਿੱਥੇ ਪਵਿੱਤਰ ਸਿੰਘ ਜੀ ਗਰੇਵਾਲ ਸਾਹਿਬ ਜਿਹੜੇ ਇੱਕ ਸਮਾਜਿਕ ਅਤੇ ਧਾਰਮਿਕ ਆਗੂ ਨੇ ਇੱਥੇ, ਅਤੇ ਵਧੀਆ ਸਮਾਜ ਦੇ ਵਿੱਚ ਸੇਵਾਵਾਂ ਦਿੰਦੇ ਨੇ, ਲੋਕਾਂ ਦੇ ਦੁੱਖ ਸੁੱਖ ਦੇ ਹਾਣੀ ਮੰਨੇ ਜਾਂਦੇ ਨੇ। ਅਸੀਂ ਅੱਜ ਉਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਚੋਣ ਏਜੰਡੇ ਨੂੰ ਲੈ ਕੇ ਮੈਦਾਨ 'ਚ ਉਤਰੇ ਨੇ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ। ਗਰੇਵਾਲ ਸਾਹਿਬ, ਕੀ ਉਦੇਸ਼ ਹੈ ਤੁਹਾਡਾ ਇਲੈਕਸ਼ਨ ਲੜਨ ਦਾ? ਉਦੇਸ਼ ਦਾ ਜੀ, ਇੱਕ ਨਾ ਸਾਡੇ ਮੁੰਡੀਆਂ ਖੁਰਦ ਦੇ ਵਿੱਚ ਸਾਡੇ ਪਿੰਡ ਦੇ ਕੰਮ ਬਹੁਤ ਰੁਕੇ ਪਏ ਨੇ ਜੀ। ਸਾਡੇ ਪਿੰਡ ਦਾ ਸਕੂਲ ਆ ਜੋ ਅਜੇ ਤੱਕ ਪ੍ਰਾਇਮਰੀ ਸਕੂਲ ਹੈ ਜੀ, ਮੈਂ ਉਹਨੂੰ ਪਲੱਸ ਟੂ ਤੱਕ ਲੈ ਕੇ ਜਾਊਂਗਾ। ਪਰ ਸਾਡੇ ਪਿੰਡ ਦੇ ਜੋ ਰਸਤੇ ਨੇ ਸਾਰੇ ਕੱਚੇ ਪਏ ਨੇ, ਅਸੀਂ ਉਹਨਾਂ ਨੂੰ ਪੱਕੇ ਕਰਾਂਗੇ। ਸਾਡੇ ਪਿੰਡ ਦਾ ਸੁਵਿਧਾ ਸੈਂਟਰ ਆ ਬਣਾਇਆ ਸੀ, ਉਹ ਵੀ ਬੰਦ ਪਿਆ, ਉਹਨੂੰ ਚਾਲੂ ਕਰਾਵਾਂਗੇ। ਬਾਕੀ ਜੇ ਪਰਮਾਤਮਾ ਨੇ ਮੌਕਾ ਦੇ ਤਾ ਇਸ ਪਿੰਡ ਨੂੰ ਇੱਕ ਮਾਡਲ ਗਰਾਮ ਪਿੰਡ ਦੇ ਤੌਰ 'ਤੇ ਦਿਖਾ ਦਿੰਦੇ ਜੀ। ਗਰੇਵਾਲ ਸਾਹਿਬ, ਪਿੰਡ ਦੇ ਵਿੱਚ ਜਿਹੜੀਆਂ ਮੇਨ ਜ਼ਮੀਨਾਂ ਸੀਗੀਆਂ ਜਿਹੜੀਆਂ ਪਬਲਿਕ ਪੰਚਾਇਤ ਦੀਆਂ ਹੁੰਦੀਆਂ ਨੇ, ਉਹਨਾਂ ਨੂੰ ਵੀ ਪੁਰਾਣੇ ਲੋਕਾਂ ਨੇ, ਪੁਰਾਣੀ ਪੰਚਾਇਤਾਂ ਨੇ ਖੁਰਦ ਬੁਰਦ ਕਰਤਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹ ਤਾਂ ਜੀ ਹੁਣ ਤੋਂ ਤਕਰੀਬਨ 30 ਸਾਲ ਅੱਗੋਂ ਦੀਆਂ ਹੀ ਖੁਰਦ ਬਦੋਂ ਇਹਨਾਂ ਪੰਚਾਇਤਾਂ ਨੇ ਨਹੀਂ ਕੀਤਾ। ਅੱਛਾ, ਇਹ ਪਹਿਲਾਂ ਹੀ 30 ਸਾਲ ਅੱਗੋਂ ਹੀ ਪਿੰਡ ਨੇ ਇਕੱਠੇ ਹੋ ਗਏ, ਜਿਵੇਂ ਕਲੋਨੀਆਂ ਕਰਤੀਆਂ ਲੋਕਾਂ ਹੋ ਗਈਆਂ, ਪਹਿਲਾਂ ਦੀਆਂ ਹੀ ਹੋਈਆਂ ਨੇ 30-32 ਸਾਲ ਤੋਂ ਅੱਗੋਂ ਦੀਆਂ ਜੀ। ਅਤੇ ਹੁਣ ਵੈਸੇ ਤਾਂ ਕੋਈ ਜ਼ਮੀਨ ਇਹੋ ਜਿਹੀ ਸਾਂਝੀ ਹੈ ਨਹੀਂ ਜੀ। ਅਤੇ ਜਿਹੜੇ ਯੂਥ ਹੈ, ਨੌਜਵਾਨ ਹੈ, ਕੁੜੀਆਂ ਨੇ, ਮੁੰਡੇ ਨੇ, ਉਹਨਾਂ ਵਾਸਤੇ ਕੋਈ ਸਿਲਾਈ ਕਢਾਈ ਸੈਂਟਰ, ਕੋਈ ਟੈਕਨੀਕਲ ਇੰਸਟੀਚਿਊਟ ਇਸ ਪਿੰਡ ਦੇ ਵਿੱਚ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਤੁਸੀਂ ਲਿਆਉਣ ਦੀ ਸੰਭਾਵਨਾ? ਇਹ ਜੀ, ਅੱਜ ਕੱਲ੍ਹ ਦੇ ਯੂਥ ਖਾਤਰ ਇੱਕ ਤਾਂ ਸਾਡੇ ਨਾ ਤਾਂ ਜਿੰਮ ਦਾ ਅਰੇਂਜਮੈਂਟ ਆ ਸਾਡੇ ਪਿੰਡ, ਅਸੀਂ ਯੂਥ ਬੈਂਕ ਨੂੰ ਆਪਣੇ ਜਿੰਮ ਦਾ ਅਰੇਂਜਮੈਂਟ ਕਰਾਂਗੇ, ਜਿੰਮ ਕਲਾਵਾਂਗੇ, ਔਰ ਆਪਣੇ ਬੱਚੀਆਂ ਨੂੰ ਸਿਲਾਈ ਸੈਂਟਰ ਖੋਲ੍ਹਾਂਗੇ ਸਿਲਾਈ ਸਿੱਖਣ ਵਾਸਤੇ, ਇਹ ਜੇ ਉਪਰਾਲੇ ਕਰਾਂਗੇ। ਸਰ, ਹੋਰ ਜਿਹੜੀ ਪੁਰਾਣੀਆਂ ਪੰਚਾਇਤਾਂ ਜਿਹੜੀਆਂ ਮੌਜੂਦਾ ਰਹੇ ਨੇ ਇਲੈਕਸ਼ਨ ਦੇ ਵਿੱਚ ਸਰਪੰਚ ਰਹੇ ਨੇ, ਉਹਨਾਂ ਦੀ ਕਾਰਗੁਜ਼ਾਰੀ ਨੂੰ ਕੀ ਮੰਨਦੇ ਤੁਸੀਂ? ਉਹਨਾਂ ਜਿਹੜੀ ਸਾਡੀ ਪਹਿਲੀ ਪੰਚਾਇਤ ਦੀ ਜੀ, ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ, ਸਾਡੇ ਪਿੰਡ ਦਾ ਜਿਹੜਾ ਸੀਵਰੇਜ ਦਾ ਕੰਮ ਸੀ ਇਸ ਪੁਰਾਣੀ ਪੰਚਾਇਤ ਨੇ ਬਹੁਤ ਵਧੀਆ ਢੰਗ ਦੇ ਨਾਲ ਕੀਤਾ, ਕਿਉਂਕਿ ਅੱਜ ਸਾਡੇ ਪਿੰਡ ਦਾ ਸੀਵਰੇਜ ਚਾਲੂਗਾ। ਚੱਲ, ਅਤੇ ਤੁਸੀਂ ਹੋਰ ਜਿਹੜੇ ਰੁਕ ਰਹੇ ਕੰਮ ਨੇ ਪਿੰਡ ਦੇ ਵਿੱਚ, ਗ੍ਰੀਨਰੀ ਜਿਹੜੀ ਹੈਗੀ ਹੈ ਜਾਂ ਫਿਰ ਕੋਈ ਸੋਲਰ ਸਿਸਟਮ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਆਉਣ ਦੀ ਕੋਈ ਕੋਸ਼ਿਸ਼? ਉਹਦਾ ਜੇ ਜੀ ਇੱਕ ਨਾ ਪਿੰਡ ਵਾਸੀਆਂ ਨੇ ਮੌਕਾ ਦਿੱਤਾ, ਜੋ ਇਹ ਕੰਮ ਰਹਿੰਦੇ ਨੇ ਜਿੰਨੇ ਕੰਮ ਅਧੂਰੇ ਨੇ ਸਾਰੇ ਕੰਮ ਪੂਰੇ ਕਰਾਂਗੇ। ਗਰੇਵਾਲ ਸਾਹਿਬ, ਕੀ ਚੋਣ ਨਿਸ਼ਾਨੇ 'ਤੇ ਜਿਹੜੇ ਵੋਟਰ ਨੇ ਪਿੰਡ ਦੇ ਅਤੇ ਆਸ ਪਾਸ ਦੀਆਂ ਕਲੋਨੀਆਂ ਦੇ, ਉਹਨਾਂ ਨੂੰ ਕੀ ਮੈਸੇਜ, ਕੀ ਅਪੀਲ ਕਰਨਾ ਚਾਹੁੰਦੇ? ਚੋਣ ਨਿਸ਼ਾਨ ਆਪਣਾ ਟਰੈਕਟਰ ਹੈ, ਅਤੇ ਪਿੰਡ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਸਾਰੇ ਰਲ ਮਿਲ ਕੇ ਸਹਿਯੋਗ ਦਿਓ, ਆਪਾਂ ਸਾਰੇ ਪਿੰਡ ਇੱਕ ਵਧੀਆ ਮਾਡਲ ਗ੍ਰਾਮ ਪਿੰਡ ਦੇ ਤੌਰ 'ਤੇ। ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ, ਇਹਨਾਂ ਨੇ ਬਹੁਤ ਵਧੀਆ ਜਿਹੜੀ ਸੋਚ ਬਲੂ ਪ੍ਰਿੰਟ ਪਹਿਲਾਂ ਹੀ ਤਿਆਰ ਕੀਤਾ ਕਿ ਕਿਸ ਤਰ੍ਹਾਂ ਡਿਵੈਲਪਮੈਂਟ ਕਰਨੀ ਆਪਣੇ ਪਿੰਡ ਦੀ, ਨੁਹਾਰ ਬਦਲ ਕੇ ਇਸ ਨੂੰ ਨਵਾਂ ਮਾਡਲ ਪਿੰਡ ਬਣਾਉਣ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਪਲੈਨਿੰਗ ਕਰਨੀ ਹੈ, ਇਹ ਪਹਿਲਾਂ ਤੋਂ ਤਿਆਰ ਨੇ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਲਾਕੇ ਦੇ ਲੋਕ, ਪਿੰਡ ਦੇ ਲੋਕ ਆਪਣੇ ਵਧੀਆ ਕੈਂਡੀਡੇਟ ਨੂੰ, ਜਿਹੜਾ ਤੁਹਾਡੀਆਂ ਉਮੀਦਾਂ 'ਤੇ, ਆਸ਼ਾ 'ਤੇ ਖਰਾ ਉਤਰੇ, ਅਤੇ ਤੁਹਾਡੇ ਫਿਊਚਰ, ਤੁਹਾਡੇ ਬੱਚਿਆਂ ਦੇ ਫਿਊਚਰ ਵਾਸਤੇ ਕੁਛ ਸੋਚੇ, ਇੱਦਾਂ ਦੇ ਉਮੀਦਵਾਰ ਨੂੰ ਭਾਰੀ ਤੋਂ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਿਤਾਓ, ਅਤੇ ਆਪਣਾ ਵਿਕਾਸ ਅਤੇ ਆਪਣੇ ਸਮਾਜ ਦਾ ਵਿਕਾਸ ਕਰੋ। ਸਾਡੇ ਨਾਲ ਮੌਜੂਦ ਨੇ ਸਰਦਾਰ ਪਵਿੱਤਰ ਸਿੰਘ ਗਰੇਵਾਲ ਦੇ ਭਰਜਾਈ ਜੀ, ਅਤੇ ਸਮਾਜ ਦੇ ਵਿੱਚ ਲੇਡੀਜ਼ਾਂ ਵਾਸਤੇ ਬਹੁਤ ਹੀ ਮਾਣ ਸਨਮਾਨ ਕਰਦੇ ਨੇ, ਅਤੇ ਦੁੱਖ ਤਕਲੀਫਾਂ ਦੇ ਵਿੱਚ ਸ਼ਰੀਕ ਹੁੰਦੇ ਨੇ, ਅਤੇ ਭੈਣ ਜੀ ਜਿਹੜੇ ਨੇ ਸੁਰਿੰਦਰਪਾਲ ਕੌਰ ਜੀ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਿੱਥੇ ਤੱਕ ਮੇਰੀ ਆਵਾਜ਼ ਆਉਂਦੀ ਹੈ ਸਾਰਿਆਂ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚ ਬੋਲਣ ਵਾਲੇ ਭਾਈ ਨੇ, ਇਹਨਾਂ ਨੇ ਮੇਰੀ ਇੰਨੀ ਕੁ ਸੁਣਵਾਈ ਲਈ ਆ ਪਿੰਡ ਦੇ ਵਿੱਚ,
ਸਾਰੀ ਪਹਿਲਾਂ ਵਾਲੀ ਪੰਚਾਇਤ ਨੇ ਕਿਸੇ ਨੇ ਸੁਣਵਾਈ ਨਹੀਂ ਲਈ। ਅੱਜ ਅਸੀਂ ਸੱਚ ਬੋਲਣ ਵਾਲੇ ਬੰਦੇ ਨੂੰ ਲਿਆ ਰਹੇ ਹਾਂ ਅਤੇ ਸੱਚ ਹੀ ਬੋਲਾਂਗੇ ਅਤੇ ਸੱਚ ਹੀ ਬੋਲਦੇ ਰਹਾਂਗੇ। ਜਿਸੇ ਕਿਸੇ ਨੂੰ ਵੀ ਦੁੱਖ ਤਕਲੀਫ ਹੈ ਸਾਡੇ ਕੋਲ ਆਉਣ, ਅਸੀਂ ਉਹਨਾਂ ਦੀ ਸਾਰੀ ਦੁੱਖ ਤਕਲੀਫ ਸੁਣਾਂਗੇ ਵੀ ਅਤੇ ਆਪਦੀ ਵੀ ਸੁਣਾਵਾਂਗੇ। ਸੱਚ ਬੋਲਣ ਵਾਲੇ ਬੰਦੇ ਨੂੰ ਲਿਆਓ ਅਤੇ ਭਾਈ ਸੱਚ ਬੋਲ ਰਹੇ ਨੇ, ਸੱਚ ਹੀ ਬੋਲਿਆ ਇਹਨਾਂ ਨੇ ਮੇਰੇ ਨਾਲ ਖੜ ਕੇ, ਠੀਕ ਆ। ਭੁਪਿੰਦਰ ਕੌਰ ਪਿੰਡ ਦੀ ਮੁੰਡੀਆਂ ਦੀ, ਅਸੀਂ ਮਹਿਲਾ ਮੰਡਲ ਦੇ ਉਹ ਪ੍ਰਧਾਨ ਚੁਣੇ ਨੇ, ਅਸੀਂ ਉਹਨਾਂ ਦੇ ਮਗਰ ਕਈ ਬੀਬੀਆਂ ਵਾਂ। ਅਸੀਂ ਹਰ ਇੱਕ ਘਰਾਂ ਦੇ ਵਿੱਚ ਜਾਂਦੇ ਹਾਂ, ਹਰ ਇੱਕ ਘਰਾਂ ਦੇ ਵਿੱਚ ਜਾ ਕੇ ਮਦਦ ਕਰਦੇ, ਠੀਕ ਆ, ਅਤੇ ਕਰਦੇ ਹੀ ਰਹਾਂਗੇ। ਬੇਸ਼ੱਕ ਸਾਨੂੰ ਕੋਈ ਸੱਚ ਬੋਲਣ ਵਾਲੇ ਨੂੰ ਚੁਣੇ ਜਾਂ ਨਾ ਚੁਣੇ, ਠੀਕ ਆ, ਅਸੀਂ ਸੱਚ ਹੀ ਬੋਲਣਾ, ਸੱਚ ਹੀ ਬੋਲਦੇ ਰਹਾਂਗੇ। ਅੱਜ ਕੱਲ੍ਹ ਝੂਠ ਦਾ ਪਸਾਰਾ ਬਹੁਤ ਚੱਲ ਰਿਹਾ, ਅਸੀਂ ਇਹਨਾਂ ਲੋਕਾਂ ਤੋਂ ਪਰੇ ਰਹਿ ਕੇ ਰਾਜ਼ੀ ਹਾਂ। ਸਾਰੇ ਇੰਡੀਆ 'ਚ ਪਤਾ ਹੀ ਹੈ ਜੋ ਕੁਛ ਸਿੱਖਾਂ ਨਾਲ ਹੋ ਰਿਹਾ, ਠੀਕ ਆ, ਅਸੀਂ ਇਹ ਧੱਕੇ ਨੂੰ ਸਹਾਰਨਾ ਨਹੀਂ ਚਾਹੁੰਦੇ, ਅਸੀਂ ਇੱਕ ਮੁੱਠ ਹੋ ਕੇ ਸਾਰਿਆਂ ਦਾ ਮੁਕਾਬਲਾ। ਜੀ ਭੈਣ ਜੀ, ਕੀ ਚੋਣ ਨਿਸ਼ਾਨਾ ਹੈ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ, ਭੈਣਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦੀ ਹਾਂ ਵੀ ਸਾਡੇ ਮੇਰੇ ਜੇਠ ਦਾ ਭਰਾ ਦੇ ਜਾਣੀ ਸਰਦਾਰ ਦੇ ਭਰਾ ਦਾ ਚੋਣ ਨਿਸ਼ਾਨ ਟਰੈਕਟਰ ਆ, ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੋ। ਅਸੀਂ ਸਾਰੇ ਪਿੰਡ ਦੇ ਨਾਲ ਡਟ ਕੇ ਸੁੱਖ 'ਚ ਹਾਜ਼ਰ ਹੋਵਾਂਗੇ ਸਾਰੇ। ਥੈਂਕ ਯੂ। ਸਾਰੇ ਦੇਖਦੇ ਰਹੋ ਕਰੰਟ ਰਿਪੋਰਟ ਚੈਨਲ। ਧੰਨਵਾਦ।